बिठाते 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 लखा दे दाल आन वाले पुलिस ने पुंजे बिठाते। बस नाम दा टाबा बारो टाबा ते अंदर चल रहा सी यह काम। दरअसल खन्ना पुलिस नु मिली है वड्डी कामयाबी। लिबड़ा दे कोल इक ढाबे दे विच चल रहा सी जुए दा अड्डा। इस गल दी भणक पुलिस नु लग गई। बस फिर किसी खन्ना पुलिस ने जाल बिछाया, रेड की, तो मौके तो 21 बंदे जुआ खेड़ दे काबू किए, जिन्हों को 8 लाख तो भी ज़्यादा की रकम भी बरामद की गई। हूँ इन्होंने को बहना भी औखा होया होया। आओ तुहानू दिखाने किवें पुलिस को मिली है कामयाबी। दैनिक भेल पंजाबी टीवी लई समराला तो सोनू मौंगा दी रिपोर्ट। रणवीर मूरे इधर ठीक रहो। ਕੀ ਮੋਟਿਵ ਹੈ ਜੀ ਪ੍ਰੈਸ ਕਾਨਫਰੰਸ? ਅੱਜ ਦੀ ਪ੍ਰੈਸ ਕਾਨਫਰੰਸ ਜੀ ਕੱਲ ਸਾਡਾ ਕੱਲ ਰਾਤ ਨੂੰ ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ, ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ ਕੋਈ ਵੀ ਇਤਲਾਹ ਮਿਲਦੀ ਹੈ ਜਾਂ ਸਾਡਾ ਆਪਣਾ ਇਨਪੁਟ ਹੁੰਦਾ, ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ। ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰਡਰ ਦਾ ਸੁਪਰਵਿਜ਼ਨ ਆਫ ਐਸ ਪੀ ਡੀ ਪ੍ਰਗਿਆ ਜੈਨ ਮੈਡਮ, ਡੀ ਐਸ ਪੀ ਖੰਨਾ ਰਾਜੇਸ਼, ਸਾਡਾ ਇੰਚਾਰਜ ਟੈਕਨੀਕਲ ਸੈੱਲ ਸਬ ਇੰਸਪੈਕਟਰ ਸਿਮਰਨ ਜੀ ਔਰ ਐਸ ਐਚ ਓ ਸਦਰ ਇੰਸਪੈਕਟਰ ਦਵਿੰਦਰ, ਨਾਲ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ 'ਤੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਢਾਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੂ, ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ ਕਿ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਢਾਬਾ ਹੈ ਉਹਦਾ ਬਲਦੇਵ ਢਾਬਾ ਉਹਦੇ 'ਚ ਦੜਾ ਸੱਟਾ ਵੱਡੇ ਪੱਧਰ 'ਤੇ ਜੂਆ ਖੇਡਣ ਦੇ ਆਦੀ ਹਨ ਅਤੇ ਕੱਲ੍ਹ ਵੀ ਇਨਫੋਰਮੇਸ਼ਨ ਸੀਗੀ ਕਿ ਜੇ ਤੁਸੀਂ ਮੌਕੇ 'ਤੇ ਰੇਡ ਕਰੋ ਤੁਹਾਨੂੰ ਵੱਡੀ ਰਿਕਵਰੀ ਹੋਏਗੀ। ਅਤੇ ਉਸਦੇ ਬਿਹਾਫ 'ਤੇ ਅਸੀਂ ਥਾਣਾ ਸਦਰ 'ਚ ਐੱਫ ਆਈ ਆਰ ਨੰਬਰ 250 ਕੱਲ੍ਹ ਰਾਤ ਨੂੰ 13 ਗੈਮਲਿੰਗ ਐਕਟ ਲੌਂਚ ਕੀਤਾ ਅਤੇ ਸਾਡੀ ਟੀਮ ਉੱਥੇ ਮੌਕੇ 'ਤੇ ਰੇਡ ਕਰਨ ਲਈ ਭੇਜਿਆ ਗਿਆ। ਉੱਥੇ ਸਾਨੂੰ ਮੌਕੇ 'ਤੇ 21 ਦੋਸ਼ੀ ਸਾਨੂੰ ਮੌਕੇ 'ਤੇ ਮਿਲੇ ਔਰ 2 ਫਰਾਰ ਹੈ ਜਿਹਦੇ 'ਚ ਗੁਰਪ੍ਰੀਤ ਸਿੰਘ ਜਿਹੜਾ ਢਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ, ਇਹਨਾਂ ਤੋਂ ਇਹ ਫਰਾਰ ਹੈ। ਬਾਕੀ ਅਸੀਂ 21 ਬੰਦੇ ਮੌਕੇ 'ਤੇ ਗ੍ਰਿਫਤਾਰ ਕੀਤੇ ਅਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ। ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਬਲਦੇਵ ਢਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ, ਇਹਦੇ 'ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫਰਵਰੀ ਨੂੰ ਵੀ ਗੈਮਲਿੰਗ ਐਕਟ ਦੇ ਅਧੀਨ ਹੀ ਦਰਜ ਕੀਤਾ ਗਿਆ ਸੀ, ਜਿਹਦੇ 'ਚ 68,000 ਦੀ ਰਿਕਵਰੀ ਸੀ। ਔਰ ਬਹੁਤ ਜਲਦੀ ਅਸੀਂ ਇਹਨਾਂ ਦੋਨਾਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਇੱਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਹੈ ਸਾਡੇ ਏਰੀਆ 'ਚ ਨਹੀਂ ਹੋਣੇ ਚਾਹੀਦੇ। ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀ ਟੀ ਰੋਡ ਦੇ ਢਾਬੇ 'ਚ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ, ਦਿਸ ਇਜ਼ ਅ ਵੈਰੀ ਬੈਡ, ਮਤਲਬ ਇਹਨਾਂ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਇਹ ਮੈਂ ਸੈਪਰੇਟਲੀ ਚੈੱਕ ਕਰਾਂਗੀ।
ਬਟ ਐਟ ਦ ਸੇਮ ਟਾਈਮ ਜਿਹੜੀ ਟੀਮ ਨੇ ਸਾਡੀ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਹੈ ਉਹਦੇ ਲਈ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੀ ਹਾਂ ਔਰ ਉਹਨਾਂ ਨੇ ਵਧੀਆ ਸ਼ਲਾਘਾ ਯੋਗ ਕੰਮ ਕੀਤਾ ਮੈਮ ਜਿਹੜੇ ਉੱਥੇ ਪਕੜੇ ਗਏ ਨੇ ਬੰਦੇ ਉਹਨਾਂ 'ਤੇ ਵੀ ਪਹਿਲਾਂ ਪਰਚੇ ਦਰਜ ਨਹੀਂ ਜੀ ਇਹਨਾਂ ਦਾ ਅਸੀਂ ਰਿਕਾਰਡ ਕਢਾਇਆ ਇਹਦੇ 'ਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਢਾਬੇ ਦੇ ਮਾਲਕ 'ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸਮੈਨ ਸਮਾਲ ਟਾਈਮ ਟਾਈਪ ਹੈਗੇ ਕੱਲ ਜਿਹੜਾ ਸਾਡਾ ਰੇਡ ਹੋਇਆ ਉਹਦੇ 'ਚ ਪਤਾ ਲੱਗਿਆ ਕਿ ਉੱਪਰ ਇੰਨੇ ਕਮਰਾ ਬਣਾਇਆ ਹੋਇਆ ਢਾਬੇ 'ਚ ਇਹ ਨਹੀਂ ਹੈ ਕਿ ਢਾਬੇ 'ਚ ਜਿੱਥੇ ਲੋਕ ਖਾਣਾ ਖਾਂਦੇ ਉੱਥੇ ਤਾਂ ਨਹੀਂ ਬਟ ਇੱਕ ਇਹਨੇ ਕਮਰਾ ਸ਼ਾਇਦ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਜੀ ਹਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ ਟੋਟਲ 21 ਬੰਦੇ ਹੈ ਬਟ ਗਵਰਨਮੈਂਟ ਇੰਪਲੋਈ ਕੋਈ ਹੈ ਜਾਂ ਨਹੀਂ ਇਹ ਮੈਂ ਤੁਹਾਨੂੰ ਥੋੜ੍ਹੇ ਦੱਸ ਦਾਂਗੀ ਇਨੀਸ਼ੀਅਲੀ ਨਹੀਂ ਮੇਰੀ ਨੌਲੇਜ ਇਹ ਜਗ੍ਹਾ ਪ੍ਰੋਵਾਈਡ ਕਰਦੇ ਜਾਂ ਆਪ ਵੀ ਖੇਡਦੇ ਜਿਹੜੇ ਮਾਲਕ ਹਨ ਇਸ ਇਜ਼ ਆਲਸੋ ਆਮ ਨੋਟ ਅਵੇਅਰ ਬਟ ਡੈਫੀਨਿਟਲੀ ਕਿਉਂਕਿ ਇਹਦੇ ਤੇ ਸੈਕਿੰਡ ਪਰਚਾ ਹੈ ਸੇਮ ਐਕਟ 'ਚ ਅਤੇ ਮਾਲਕ ਹੈ ਉਹ ਢਾਬੇ ਦਾ ਅਤੇ ਕੀ ਪਤਾ ਕਰਦਾ ਹੋਵੇ ਬਟ ਪ੍ਰੋਵਾਈਡ ਤਾਂ ਕਰਦਾ ਹੀ ਹੈ ਜਗ੍ਹਾ ਦੂਸਰਾ ਮਾਮਲਾ ਕੀ ਹੈ ਜਿਹੜੀ ਹੈ ਐਨ ਡੀ